रात नूं सिद्धू मूसेवाले दा फैन ट्रक भर के लै आया फुल। सिद्धू दी यादगार ते कर दित्ती फुल्लां दी बरखा। लोक भी रह गए देखदे के आखर कौन आ गया क्वांटलां दे हिसाब नाल फुल लैके। बाई कहिंदा मैं पहला ही सोच रख्या सी अगर सिद्धू दी हुंदी है वापसी तां लैके आवांगा क्वांटलां दे हिसाब नाल फुल। बाई ने पुगा दित्ता वादा। सत श्री अकाल दोस्तों, तुसीं देख रहे हो जी जट बाबे टैलीविजन। बाई सिद्धू मूसेवाले दी वापसी होई है। सिद्धू मूसेवाला हवेली दे ਵਿੱਚ ਇੱਕ ਵਾਰ ਫੇਰ ਤੋਂ ਵਾਪਸ ਆਉਣ ਵਾਲਾ ਹੈ, ਜਾਨੀ ਕਿ ਹਾਲੇ ਹਸਪੀਟਲ ਦੇ ਵਿੱਚ ਹੈ ਤੇ ਕੁਝ ਦਿਨਾਂ ਦੇ ਵਿੱਚ ਸਿੱਧੂ ਦੀ ਹਵੇਲੀ ਦੇ ਵਿੱਚ ਵਾਪਸੀ ਹੋਵੇਗੀ। ਇਸੇ ਨੂੰ ਲੈ ਕੇ ਸਿੱਧੂ ਦੇ ਚਾਹਣ ਵਾਲੇ ਬਹੁਤ ਖੁਸ਼ ਨੇ। ਇਸੇ ਤਰ੍ਹਾਂ ਇੱਕ ਮੁੰਡਾ ਅੱਜ ਕਰਨਾਲ ਤੋਂ ਆਇਆ 2.5 ਕੁਇੰਟਲ ਫੁੱਲ ਲੈ ਕੇ। ਬਾਈ ਕਹਿੰਦਾ ਇਹ ਮੈਂ ਖੁਸ਼ੀ ਦੇ ਵਿੱਚ ਲੈ ਕੇ ਆਇਆ, ਮੈਂ ਪਹਿਲਾਂ ਹੀ ਆਖ ਰੱਖਿਆ ਸੀ ਆਪਣੇ ਯਾਰਾਂ ਦੋਸਤਾਂ ਨੂੰ ਅਤੇ ਵੀਡੀਓ ਪਾ ਕੇ ਕਿ ਅਗਰ ਸਿੱਧੂ ਦੀ ਹਵੇਲੀ ਵਿੱਚ ਵਾਪਸੀ ਹੁੰਦੀ ਹੈ, ਜਾਨੀ ਕਿ ਛੋਟਾ ਸਿੱਧੂ ਮੂਸੇਵਾਲਾ ਦੁਨੀਆ ਤੇ ਆਉਂਦਾ ਹੈ, ਤਾਂ ਮੈਂ ਕੁਆਂਟਲਾਂ ਦੇ ਹਿਸਾਬ ਨਾਲ ਫੁੱਲ ਲੈ ਕੇ ਆਵਾਂਗਾ। ਅੱਜ ਬਾਈ ਹੋਰੀ ਫੁੱਲ ਲੈ ਕੇ ਆਏ ਹਵੇਲੀ ਦੇ ਵਿੱਚ ਅਤੇ ਸਿੱਧੂ ਦੀ ਯਾਦਗਾਰ ਦੇ ਉੱਪਰ ਇਹਨਾਂ ਨੇ ਫੁੱਲਾਂ ਦੀ ਵਰਖਾ ਕਰੀ। ਤੁਸੀਂ ਦੇਖ ਰਹੇ ਹੋ ਕਿ ਬਾਈ ਹੋਰਾਂ ਨੇ ਕਿਸ ਤਰੀਕੇ ਨਾਲ ਰੰਗ ਬੰਨੇ। ਤਾਂ ਆਓ ਗੱਲਬਾਤ ਸੁਣਾ ਦਿੰਦੇ ਹਾਂ ਜਿਹੜੀ ਬਾਈਆਂ ਨਾਲ ਹੋਈ ਹੈ। ਸਪਨਾ ਇਹ ਥਾ ਜੀ, ਮੈਂ ਨਾਤ 5-7 ਦਿਨ ਪਹਿਲਾਂ ਇੱਕ ਵੀਡੀਓ ਡਾਲੀ ਤੇ ਫੇਸਬੁੱਕ ਪਰ ਵੀ ਜਬ ਵੀ ਸਿੱਧੂ ਮੂਸੇਵਾਲੇ ਕੇ ਘਰਾਂ ਵੀ ਲੜਕਾ ਹੋ ਜਾਂ ਲੜਕਾ ਹੋ, ਲੜਕੀ ਹੋ ਜਾਂ ਲੜਕਾ ਹੋ, ਵੀ ਮੈਂ 2.5 ਕੁਇੰਟਲੋਂ ਕੇ ਸਾਥ ਉਸਦਾ ਪਿਤਾ ਕਾ ਭਵੇ ਸਵਾਗਤ ਫੁੱਲੋਂ ਕੇ ਸਾਥ ਕਰੂੰਗਾ। 5 ਪ੍ਰਕਾਰ ਕੇ ਫੁੱਲ ਲੈ ਕੇ ਆ ਰਿਹਾ ਹੂੰ ਮੈਂ, ਪੱਤੀ ਗੁਲਾਬ ਕੀ। ਅਬ ਮੇਰੇ ਕੋ ਆਉਣ ਕੇ ਬਾਅਦ ਪਤਾ ਚੱਲਿਆ ਭਈ ਅਭੀ ਹਸਪੀਟਲ ਮੈਂ ਤਾਂ ਛੁੱਟੀ ਨਹੀਂ ਮਿਲੀ ਹੈ ਔਰ ਮੈਂ ਤਾਂ ਮਿਲ ਨਹੀਂ ਪਾਵਾਂਗੇ। ਮੈਂ 1 ਕੁਇੰਟਲ ਫੁੱਲ ਸਿੱਧੂ ਮੂਸੇਵਾਲੇ ਕੇ ਜੋ ਮੇਨ ਮੂਰਤੀ ਵਾਂ ਬਖੇਰੇ ਜਾਵਾਂਗੇ ਔਰ ਬਾਕੀ ਅੰਕਲ ਭਾਈ ਆਂਟੀ ਕੇ ਸਵਾਗਤ ਵਾਸਤੇ ਬਖੇਰੇ ਜਾਵਾਂਗੇ। ਤੇ ਕਿਹੜੀ ਜਗ੍ਹਾ ਤੋਂ ਆ ਭਾਈ? ਮੈਂ ਕਰਨਾਲਾ ਮਾਰੀ ਡਿਸਟ੍ਰਿਕਟ ਹੈ ਔਰ ਸੰਧ ਮਾਰਾ ਸ਼ਹਿਰ ਹੈ। ਅੱਛਾ, ਕਿੰਨੀ ਕੁ ਖੁਸ਼ੀ ਹੈ? ਪਹਿਲਾਂ ਤਾਂ ਸਿੱਧੂ ਆ ਗਿਆ। ਹਾਂ, ਖੁਸ਼ੀ ਕੀ ਬਾਤ ਹੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ ਔਰ ਦਾਤੇ ਕੀ ਕਿਰਪਾ ਦਾ ਬਹੁਤ ਖੁਸ਼ੀ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਕੀ ਕਮੀ ਕਭੀ ਪੂਰੀ ਨਹੀਂ ਹੋ ਸਕਦੀ, ਪਰ ਲੜਕਾ ਹੋਣੇ ਭਾਲ ਕੇ ਹੀ ਇਤਨਾ ਹੈ ਕਿ ਇੱਕ ਥੋੜ੍ਹਾ ਗੈਪ ਭਰਿਆ ਜਾ ਸਕਾ ਔਰ ਇਤਨੀ ਕੀ ਹੋਈ ਹਮਨਾ ਹਮਨਾ ਫੁੱਲ ਮਾਰਕੀਟ ਮੈਂ ਲੱਡੂ ਵਗੈਰਾ ਬਾਂਡੇ। ਠੀਕ ਹੈ, ਮੈਂ ਸਿੱਧੂ ਮੂਸੇਵਾਲੇ ਕਾ ਬੜਾ ਤਕੜਾ ਫੈਨ ਵੀ ਹੂੰ ਔਰ ਉਸਕੇ ਗਾਣੇ ਸੁਣਨੇ ਤਾਂ ਬਹੁਤ ਅੱਛਾ ਮਹਿਸੂਸ ਹੋਇਆ। ਖਾਸ ਬਾਤ ਇਹ ਹੈ ਕਿ ਸਿੱਧੂ ਮੂਸੇਵਾਲੇ ਨੇ ਕਦੀ ਵੀ ਕੋਈ ਗਾਣਾ ਕਿਸੇ ਲੜਕੀ ਦੇ ਉੱਪਰ ਨਹੀਂ ਗਾਇਆ। ਬਹੁਤ ਸਾਰੇ ਗਾਇਕਾਂ ਨੇ ਨਸ਼ਾ ਪ੍ਰਮੋਟ ਕਰਿਆ ਔਰ ਲੜਕੀ ਬਾਜ਼ੀਆਂ ਪੈ, ਕਬੂਤਰ ਬਾਜ਼ੀਆਂ ਪੈ, ਯਾਨੀ ਕਿ ਗਲਤ ਹੀ ਟ੍ਰੈਂਡ ਲੈ ਕੇ ਆਏ ਔਰ ਜਬ ਸਿੱਧੂ ਮੂਸੇਵਾਲਾ ਆਇਆ 5-4 ਸਾਲ ਮੈਂ ਐਸੇ ਐਸੇ ਗਾਣੇ ਗਾਏ ਹਰ ਇੱਕ ਟਰੈਕਟਰਾਂ ਪਰ, ਹਰ ਇੱਕ ਟਰਾਲਿਆਂ ਪਰ, ਹਰ ਇੱਕ ਦੁਕਾਨਾਂ ਪਰ। ਖਾਸ ਬਾਤ ਤਾਂ ਯਾਰ ਰਹੀ ਆਪਣਾ ਕਹਿੜਾ ਸੀ ਤਾਂ ਬੜੇ ਆਮ ਪੰਜਾਬ ਮਿੰਟਰ ਹੋਏ, ਹਰ ਇੱਕ ਦੁਕਾਨ ਪਰ ਸਿੱਧੂ ਮੂਸੇਵਾਲੇ ਦੀ ਫੋਟੋ ਸੀ, ਹਰ ਇੱਕ ਦੁਕਾਨ ਪਰ ਰੇੜੀ ਪੈ, ਗੋਲ ਕੇ ਪੈਂਕ ਰੇੜੀਆਂ ਪਰ, ਹਰ ਚੀਜ਼ ਪੈ, ਮਤਲਬ ਇਤਨੇ ਫੋਲੋਵਰਸ ਇਤਨੇ ਫੈਨ ਹੈ ਔਰ ਇਹ ਬੰਦਾ ਮਰਨੇ ਕੇ ਬਾਅਦ ਵੀ ਇਤਨਾ ਮਸ਼ਹੂਰ ਹੈ, ਯਾਨੀ ਕਿ ਇਹ ਅਮਰ ਹੈ ਬਈ। ਮੇਰਾ ਮਾਨਣਾ ਹੈ ਸਿੱਧੂ ਮੂਸੇਵਾਲਾ ਸਭ ਮਤਲਬ ਕਿ ਹਰਿਆਣਾ ਪੰਜਾਬ ਮੈਂ ਨਹੀਂ ਪੂਰੇ ਆਲ ਵਰਲਡ ਮੈਂ ਇਸਕੇ ਫੈਨ ਹੈ, ਗੋਰੇ ਕਾਲੇ ਔਰ ਸਭ ਜਗ੍ਹਾ, ਖਾਸ ਤੌਰ ਪਾਕਿਸਤਾਨ ਮੈਂ ਆਪਣੀ ਲਾਗ ਦੈਟ ਹੈ, ਮਤਲਬ ਪਾਕਿਸਤਾਨ ਮੈਂ ਬਹੁਤ ਸਾਰੇ ਫੈਨ ਹੈ। ਕਭੀ ਵੀ ਆਪ ਵੀਡੀਓ ਦੇਖੋਗੇ ਪਾਕਿਸਤਾਨ ਕਾ ਵੀ ਵਧਾਈ ਦੇ ਰਹੇ ਵੀ ਜਨਮ ਹੋਇਆ ਦੁਬਾਰਤਾ ਔਰ ਮੈਂ ਵੀ ਸਭ ਮਿੱਤਰ ਦੋਸਤਾਂ ਤਾਂ ਔਰ ਜਿਤਨੇ ਵੀ ਆਪ ਤਾਂ ਲੋਕ ਜੁੜੇ ਹੋਏ ਹੈ ਸਭ ਤਾਂ ਮੈਂ ਲੱਖ ਵਧਾਈ ਦੇਤਾ ਹੂੰ ਸਿੱਧੂ ਮੂਸੇਵਾਲੇ ਕਾ ਦੁਬਾਰ ਤਾਂ ਜਨਮ ਹੋਣ ਕੀ। ਔਰ ਬਹੁਤ ਅੱਛਾ ਮਹਿਸੂਸ ਹੋਇਆ ਜਬ ਮੈਂ 5-7 ਦਿਨ ਪਹਿਲੇ ਇਹ ਬਾਤ ਸੁਣੀ ਤੀ ਕਿ ਮਾਤਾ ਜੀ ਕਾ ਲੜਕਾ ਹੋਣ ਵਾਲਾ ਹੈ ਔਰ ਮੈਨੇ ਇਹ ਕਿਹਾ ਥਾ ਯਾ ਲੜਕਾ ਹੋ ਜਾਂ ਲੜਕੀ ਹੋ, ਮੈਂ 2.5 ਕੁਇੰਟਲ ਫੁੱਲ ਆਪਣੇ ਦੋਸਤੋਂ ਕੇ ਸਾਥ ਔਰ ਆਪਣੇ ਚੇਲੋ ਕੇ ਸਾਥ ਵਹਾਂ ਜਾ ਕੇ ਹਵੇਲੀ ਪਰ ਸਵਾਗਤ ਕਰੂੰਗਾ ਔਰ ਅੱਜ ਬਹੁਤ ਦਿਨ ਮੈਂ ਆਜ ਗਿਆ ਮਤਲਬ ਕਿ ਪੂਰਾ ਹੋ ਗਿਆ, ਮੈਨੇ ਹਵੇਲੀ ਪਰ ਵੈਲਕਮ ਬੈਕ ਵੀ ਲਿਖਿਆ ਔਰ ਅੰਦਰ ਦਿਲ ਵਗੈਰਾ ਬਣਾਇਆ ਬੇਲੀ ਪਰ ਫੁੱਲ ਬਖੇਰੇ ਔਰ ਸਿੱਧੂ ਮੂਸੇਵਾਲੇ ਪਰ 2.5 ਕੁਇੰਟਲ ਮੇਰੇ ਪਾਸ ਫੁੱਲ ਤਾਂ 5 ਪ੍ਰਕਾਰ ਕਾ ਫੁੱਲ ਲੈ ਕੇ ਹਮ ਆਏ ਥੇ ਔਰ ਮੈਨੇ ਬਖੇਰ ਦਿਆ। ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਇਹ ਬਾਈ 2.5 ਕੁਇੰਟਲ ਫੁੱਲ ਲੈ ਕੇ ਆਏ ਅਤੇ ਬਾਈ ਹੋਰਾਂ ਨੇ ਵਰਖਾ ਕਰੀ ਸਿੱਧੂ ਦੀ ਸਮਾਧ ਤੇ ਅਤੇ ਹਵੇਲੀ ਦੇ ਵਿੱਚ। ਤੁਸੀਂ ਸਿੱਧੂ ਦੇ ਐਸੇ ਕੱਟੜ ਫੈਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਨਾਲ ਹੀ ਦੋਸਤੋ ਵੀਡੀਓ ਨੂੰ ਵੀ ਕਰ ਦਿਓ ਸ਼ੇਅਰ, ਐਸੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ। ਧੰਨਵਾਦ, ਰੱਬ ਰਾਖਾ।